सत श्री अकाल जी, एक होर नवें दिन की शुरुआत दे नाल नवीं वीडियो तुहाडा स्वागत है। होर सुनाओ, सारे ठीक ठाक? उम्मीद करदे हां सारे ठीक ही होवोंगे। ते अज ब्लॉग शूट हो रहा मेरे हिसाब नाल 4-5 दिन बाद, थोड़ा घर के कामां करने च बिजी हो गए थे। ते हुण चलदे हां आपां पटियाले, नाल मेरे जा रहे निम्मा बई। आपां समान लेके आउणा, दिखाउणे आ तुहानूं की समान लेना, देखदे हां नाले चल के हले रस्ते ते की प्रोग्राम बणदे ने। ਬਾਈ ਆ ਗਿਆ ਤਾਂ ਘਰੇ, ਤੇ ਹੁਣ ਆਪਾਂ ਚੱਲਦੇ ਬਾਈ ਨਾਲ। ਚੱਲੀਏ ਵੀਰੇ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚਲੋ ਆਓ ਚੱਲੀਏ, ਲੇਟ ਹੋ ਗਿਆ ਥੋੜ੍ਹਾ। ਚਲੋ ਜੀ ਚਲੋ। ਬਾਈ ਦਾ ਬੰਪਰ ਮਿਣਨਾ, ਉਰੇ ਬਾਰ ਲਾਈਟ ਜੀ ਲਾਉਣੀ ਆ ਮੂਹਰੇ LED। ਤੇ ਆਹ ਜਿਹੜਾ ਬਾਈ ਪਿੱਛੇ ਉਹ ਲਵਾਇਆ ਵਿੱਚ ਵਾਲਾ, ਬਹੁਤ ਸੈਟਿੰਗ ਇਹਦਾ, ਨਜ਼ਾਰਾ ਬਹੁਤ ਆ। ਸੁਪਰ ਸੀਡਰ ਤੇ ਜਿਹੜਾ ਵਿੱਚ ਆਹ ਪੈਰ ਧਰਨ ਨੂੰ ਲਵਾਇਆ ਸੀ, ਆਹ ਛੱਜ ਜਾ ਉਹ ਫਾਇਦਾ ਨਾ ਬਾਈ ਇਹਦਾ। ਬਈ ਬਹੁਤ ਫਾਇਦਾ ਹੋਊਗਾ ਇਹਦਾ ਤਾਂ। ਹਾਂ, ਆਪਣੇ ਵਾਲੇ ਦੇ ਵੀ ਅੱਜ ਚੱਕਾਂਗੇ, ਉਹਨੂੰ ਵੀ ਲਵਾਉਣੇ ਆ ਉਹਦੇ ਵੀ। ਇਹ ਪਤਾ ਕੀ ਦਾ ਪ੍ਰੋਬਲਮ, ਪਤਾ ਕੀ ਦੀ ਬਈ, ਆਪਣੇ ਵਾਸਤੇ ਵੀ ਸਭ ਵਾਸਤੇ ਹਨੀ। ਹੂੰ, ਮੰਨ ਲਓ ਦੋ ਬੰਦੇ ਆਪਾਂ ਚੜਦੇ ਦੇ ਉੱਪਰ। ਹਾਂ, ਇੱਕ ਇਹਨਾਂ ਉਰੇ ਖੜ ਜਾ ਕਰੋ ਰਾਮ, ਇੱਕ ਦੂਆ ਥੈਲਾ ਖੋਲਣ ਵਾਸਤੇ ਦੇ ਵਿੱਚ ਜਿਵੇਂ ਪਾਉਂਦੇ ਨਾਲੇ ਬਾਈ। ਹਾਂ, ਉਹ ਜਿਵੇਂ ਪੈਰ ਧਰਦੇ ਤੇ ਨਾ ਵਿੱਚ, ਉਹਦੀ ਦਿੱਕਤ ਬਹੁਤ ਆਉਂਦੀ ਸੀ, ਉਹਦੀ ਦਿੱਕਤ ਨੂੰ ਉਹ ਵੀ ਦੱਸਦਾ ਕੋਈ ਬੰਦਾ। ਬਾਕੀ ਜਾਣ ਕਰੇ ਕੋਈ ਆਪਣਾ ਬੰਦਾ ਬਣਵਾ ਸਕਦਾ ਹਨੀ, ਜਿਵੇਂ ਆਪਾਂ ਹੁਣ ਮੰਨ ਲਓ ਵੀ ਦਾਣੇ ਪਾਉਣ ਦੇ ਵਿੱਚ। ਹਾਂ, ਆਪਾਂ ਪੈਰ ਉਰੇ ਹੈ ਨਹੀਂ ਜਗ੍ਹਾ, ਕੋਈ ਜਗ੍ਹਾ ਨਹੀਂ ਸੀ, ਕੋਈ ਗੇਰ ਤੇ ਧਰਦਾ ਤਾਂ ਕੋਈ ਕਿਤੇ ਧਰਦਾ ਤਾਂ ਆਪਾਂ ਉਰੇ ਵੀ ਲਵਾਤਾ ਵੀ। ਇਹ ਤਾਂ ਬਹੁਤ ਵਧੀਆ ਹੋ ਗਿਆ, ਤੇ ਲੰਬਾ ਆਪਾਂ ਤਾਂ ਲਵਾਇਆ, ਇੱਕ ਜਣੇ ਤੇ ਥੈਲਾ ਫਸ ਜਾਂਦਾ ਇਹਦੇ ਵਿੱਚ ਕਈ ਵਾਰੀ। ਹਾਂ, ਪਿਛਲਾ ਬੰਦਾ ਚੜ ਕੇ ਦੂਰ ਦੂਰ ਹੋ ਗਏ ਵੀ ਲਵੇ, ਮੋਢੇ ਨਾਲ ਮੋਢਾ ਹੁਣ ਘੱਟ ਰਹਿੰਦਾ ਬੰਦੇ ਦਾ ਪਿਛਲਾ। ਹਾਂ, ਵੱਡਾ ਲਵਾਤਾ ਆਪਾਂ, ਸਹੀ ਆ। ਆਜੋ, ਠੀਕ ਆ ਨਹੀਂ, ਇਹ ਕੰਮ ਸਮਾਰੀ ਦਿੰਦੇ ਵੀ ਹਨੀ ਥੋੜੇ ਥੋੜੇ। ਵਾ, ਉਹਨੂੰ ਕਿਹਾ ਚਾਚੇ ਨੂੰ ਬਿੰਨੂ ਨੂੰ ਆਪਣੇ ਵਾਲੇ ਦੇ ਵੀ ਲੈ ਕੇ ਆਉਣੇ ਬਈ 10 ਮੜ ਜਾਗਾ ਮਿਣ ਲਓ ਬਸ ਇਹਨੂੰ ਬੰਪਰ ਨੂੰ ਵੀ ਇਹਦੇ ਵਿੱਚ ਵਿੱਚ ਜੇ ਹੋਵੇ ਤਾਂ। ਹਾਂ, ਵਿੱਚ ਵਿੱਚ ਆਪਾਂ 30 ਇੰਚ ਦੀ ਲਾਈਟ ਲਈਏ ਹਨੀ। ਵਾ, ਮਿਣ ਲਓ ਥੱਲੇ ਆਪਾਂ ਨੇ ਇਹਦੇ ਨੀਚੇ ਲਾਉਣੀ ਆ। ਹਾਂ, ਇੱਥੇ ਯਾਦ ਰੱਖੀ 30 ਇੰਚ ਹਨੀ। ਓਕੇ, 28 ਤੇ ਲੈ ਕੇ 30 ਇੰਚ ਦੀ ਲਾਈਟ ਲੈ ਕੇ ਆਉਂਗੇ ਆਪਾਂ ਨੇ। ਓਕੇ, ਬਾਕੀ ਛੋਟੀਆਂ ਲਾਈਟਾਂ ਲਿਆਵਾਂਗੇ ਥੋੜੀ ਥੋੜੀ ਹੋਰ। ਕਬਾੜ ਮਾਰਕੀਟ ਪਹੁੰਚ ਗਏ ਆਪਾਂ ਫੇਰ ਅੱਜ। ਆਪਾਂ ਲੋਕ ਬਾਈ ਕਬਾੜੀ ਤਾਂ ਨੀ ਕਹਿਣ ਲੱਗ ਜਾਂਦੇ, ਕਹਿਣਗੇ ਲੋਕ ਆਪਣਾ ਸਮਾਨ ਵੀ ਕਬਾੜੀ ਵਾਲਾ ਹੀ ਆ। ਹਾਂ, ਆ ਮਿਲ ਗਏ ਪਰ ਚਾਹੀਦੇ ਡੱਬੇ ਦੇ 82 ਟੂਲ ਲੈ ਲਿਆ ਇੱਕ। ਹੋਰ ਕੀ ਲੈਣਾ? ਹਾਂ, ਪੱਖਾ ਲੈਣਾ ਬਾਈ, ਰੈਗੂਲੇਟਰ ਵਾਲਾ। ਚੱਲ ਕਰ ਪਤਾ, ਜਿਹੜਾ ਤੂੰ ਕਹਿੰਦਾ ਮੈਨੂੰ ਗਰਮੀ ਲੱਗਦੀ ਰੈਗੂਲੇਟਰ ਚਲਾਉਂਦੇ ਨੂੰ। ਥੋੜ੍ਹੇ ਜਿਹੇ ਦਿਨਾਂ 'ਚ ਮਾਰਕੀਟ 'ਚ ਇੰਨਾ ਕੁ ਘੁੰਮ ਲਿਆ ਆਪਾਂ, ਭੇਤ ਜਿਹਾ ਪੈਣ ਲੱਗ ਗਿਆ ਹੁਣ ਤਾਂ ਇੱਥੇ ਦਾ ਵੀ। ਆਪਾਂ ਨੂੰ ਸੂਈ ਤੱਕ ਪਤਾ ਹੋਵੇ ਕਿੱਥੋਂ ਮਿਲਦੀ ਆ। ਨਹੀਂ, ਹੋਰ ਭੇਤ ਪੈ ਜਾਂਦਾ ਨਾ ਫਿਰ, ਆਪਾਂ ਕਬਾੜੀਏ ਦਾ ਬਣੇ ਪਏ ਹੁਣ। ਲੈ ਵੀ ਆਹ ਉਹਨਾਂ ਦੇ ਆ ਗਏ ਜਿਹੜੇ ਦਿੱਲੀ ਵਾਲੇ, ਜਿਹੜੇ ਉਹ ਬਾਈ ਕਹਿੰਦਾ 182। ਉਹੀ ਆ ਗਿਆ, ਉਹੀ ਆ ਗਿਆ। ਚੱਲ ਇਹਨਾਂ ਦੇ ਪੁੱਛ ਲੈ, ਕਹਿੰਦਾ ਲੈਂਦਾ ਸਾਰੇ ਫਿਰ ਰਹੇ ਜੱਟ ਦੇ ਸਮਾਨ ਲੈਂਦੇ। ਹੋਰ ਮੇਲਾ ਭਰ ਰਿਹਾ ਦੁਕਾਨ 'ਚ, ਕੁਛ ਸਮਾਨ ਲੈ ਵੀ ਲਿਆ, ਕੁਛ ਮੰਗਾਇਆ। ਲਾਈਟਾਂ ਲੈ ਕੇ ਆ ਗਏ ਤੇ ਘਰੇ, ਨੀਮਾ ਦਾ ਲੈ ਬਾਈ ਖਾਸੀਆਂ ਲਾਈਟਾਂ, ਨੀਮਾ ਦਾ ਖਾਸੀਆਂ ਚੱਕ ਲਿਆ ਬਾਈ ਲਾਈਟਾਂ। ਆਪਾਂ ਤਾਂ ਇੱਕ ਲਾਈਟ ਲੈ ਜਿਹੜੀ ਪਿੱਛੇ ਲਾਉਣੀ ਆ, ਉਹਦਾ ਬਾਈ ਕਹਿੰਦਾ LED ਪੂਰਾ ਦਿਨ ਕੀ ਬਣਾਉਣਾ ਕਹਿੰਦਾ। ਹੁਣ ਬਾਈ ਜੀ ਜਾਣਾ ਆਪਾਂ ਮਨਰਾਜ ਨੂੰ ਦਵਾਈ ਦਵਾਉਣ, ਅੱਜ ਦੇਖਦੇ ਹਾਂ ਡਾਕਟਰ ਚੇਂਜ ਕਰਿਆ ਫਿਰ। ਜਿਹਦੇ ਪਹਿਲਾਂ ਜਾਂਦੇ ਸੀ ਉਹ ਤਾਂ ਠੀਕ ਲੱਗਿਆ ਸਾਨੂੰ ਵੀ, ਉਹ ਤਾਂ ਐਂ ਸੀ ਤੀਜੇ ਦਿਨ ਬੁਲਾ ਰਿਹਾ ਤਾਂ ਠੱਗੀ ਜਿਹੇ ਵਾਲਾ ਕੰਮ ਜ਼ਿਆਦਾ ਲੱਗਿਆ। ਡਾਕਟਰ ਬਾਈ ਨੰਬਰ ਸੀਗਾ 9, ਚਲੋ ਕੱਲ੍ਹ ਦੱਸਣ ਆਪਾਂ। ਅਤੇ ਅੱਜ ਹੁਣ ਡਾਕਟਰ ਇੱਧਰ ਨੇ ਤਰਪੜੀ ਵਾਲੀ ਸਾਈਡ ਕੌਂਸਲ ਡਾਕਟਰ, ਉਹਨਾਂ ਨੂੰ ਦਿਖਾਉਣ ਚੱਲੇ ਹਾਂ। ਅਤੇ ਚੱਲਦੇ ਹਾਂ ਹੁਣ ਆਪਾਂ। ਮਨਰਾਜ ਪੁੱਤ ਨੂੰ ਦਵਾਈਆਂ ਨੇ ਹੁਣ ਚੱਪਲਾਂ, ਗੁਰੂ ਘਰ ਪ੍ਰੋਗਰਾਮ ਸੀਗਾ ਆਪਣੇ 3 ਦਿਨ ਹੁਣ ਕੀਰਤਨ ਸਮਾਗਮ, ਉੱਥੇ ਕਿਸੇ ਨੇ ਚੇਂਜ ਕਰ ਲਈਆਂ ਇਹਦੀਆਂ ਚਿੜੀ ਦੀਆਂ ਚੱਪਲ, ਚੱਕ ਲਈਆਂ ਕੋਈ ਪਾ ਲੈ ਗਿਆ। ਅਤੇ ਆਪਾਂ ਇੱਥੋਂ ਹੁਣ ਇਹਨੂੰ ਚੱਪਲਾਂ ਦਵਾਈਆਂ ਨੇ, ਉਹ ਖੜੀ ਆ ਡੈਡੀ ਨਾਲ ਗੋਦੀ ਚੜੀ ਵਿਗੜ, ਪੈਰਾਂ 'ਚ ਪਾ ਲਈਆਂ ਸੈਂਡਲ ਕੱਢਤੇ ਜਦੇ ਚੱਪਲਾਂ। ਹਾਂਜੀ, ਓਏ ਤੇਰੀ ਫੁੱਲਾਂ ਵਾਲੀਆਂ ਬਈ, ਘੈਂਟ ਸੋਹਣੀਆਂ
ਠੀਕ ਹੈ ਖੁਸ਼ ਹਾਂ ਹੁਣ ਦਵਾਈ ਵੀ ਲੈ ਲਈ ਇਹਦੀ ਘੋੜੇ ਦੀ ਹੁਣ ਚੱਲਦੇ ਆਪਾਂ ਘਰੇ ਜਰਾਵਰ ਕੋਲ ਵੀ ਅਸੀਂ ਚਲੇ ਗਏ ਸੀਗੇ ਡਾਕਟਰ ਦਾ ਟਾਈਮ ਹੈਗਾ ਸੀ 4:30 ਬੈਠਣ ਦਾ ਉਹਨਾਂ ਨੇ ਅਸੀਂ 7:30 ਆ ਗਏ ਤੇ ਆਪਾਂ ਮੈਨੂੰ ਲੱਗਦਾ 1:30-2 ਆ ਗਏ ਸੀ ਹੋਰ ਗੱਡੀ ਵਿੱਚ ਬਹਿ ਗਿਆ ਸੀ ਉਹਦਾ ਘੋੜਾ ਕੌਣ ਕਹਿੰਦਾ ਸੀ ਤੁਸੀਂ ਕਹਿੰਦੇ ਵੀ ਮੈਨੂੰ ਅੰਦਰ ਰੱਖ ਲਓ ਜਰਾਵਰ ਨੂੰ ਦੇਖ ਲਾ ਵਿਗੜਾ ਚਾਵਲ ਗਿਆ ਹੁਣ ਹੋਰ ਚਲੋ ਜੀ ਹੁਣ ਘਰੇ ਚੱਲਦੇ ਹਾਂ ਬਾਬਤਾ ਦਵਾਈ ਦਵਾ ਕੇ ਆ ਕੇ ਘਰੇ ਮਨਰਾਜ ਨੂੰ ਦਵਾ ਲਿਆ ਚੱਪਲਾਂ ਅਤੇ ਚਿੜੀ ਆਉਂਦੀਆਂ ਦੀ ਸੌ ਗਈ ਇਹਨਾਂ ਨੇ ਡਾਕਟਰ ਨੇ ਮੈਨੂੰ ਲੱਗਦਾ 3 ਸ਼ੀਸ਼ੀਆਂ ਦਿੱਤੀਆਂ ਨੇ ਬਾਈ ਦੂਜੇ ਡਾਕਟਰ ਨੇ ਥੱਬਾ ਦਵਾਈਆਂ ਦਾ ਦੇ ਰੱਖਿਆ ਤਾ 4-4 ਟਾਈਮ ਵੀ ਕਈ ਸ਼ੀਸ਼ੀਆਂ ਸੀ ਇੰਨੀ ਛੋਟੀ ਹੈ ਜਿੱਦਾਂ ਇਹਨਾਂ ਨੇ ਹੁਣ ਹਫ਼ਤੇ ਬਾਅਦ ਦੁਬਾਰਾ ਕਿਹਾ ਵੀ ਦਿਖਾ ਕੇ ਜਾਇਓ ਅਤੇ ਕੋਈ ਐਵੇਂ ਨਹੀਂ ਹੈਗਾ ਬਾਹਲਾ ਉਹਨੇ ਤਾਂ ਬਾਹਲਾ ਯਾਰ ਕੰਮ ਚੱਕ ਰੱਖਿਆ ਤਾ ਉੱਤੇ ਹੁਣ ਚਲੋ ਬਾਬਾ ਸੁੱਖ ਰੱਖੇ ਫਰਕ ਪੈ ਜਾਵੇ ਅਤੇ ਬਾਕੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ